निकालिए क्यों अपनी सोने अर्गी जवानी गोए कूड़े च मिट्टी करी जानी है। अपने प्यो नु कह कोई बंदा रख ले, कित्थे खड़ने उन्ने इन्ने पैसे हैं। और तू भी अपना बुढ़ापा साम सरपंचा, आ सारा दिन मोटरसाइकिल ते लूर लूर फिरदा रहना, आ करे बह के माड़ा जा गोड्या नु आराम दे ले। अच्छा अच्छा ठीक है, गल सुन, लड्डू खाएंगी पशौरी बामण दी हट्टी तो लियांदे आ ताजे। ओ सब जानदी आ तैनू मैं, आ लड्डू खवा के केड़ी मर्तियां पाल दे तू मेरे तो। अपनी टूटी जी मोटरसाइकिल चक ते दुड़की हो जा इत्थों। जे तेरी आ लड्डू वाली गल पंचायत च दसती ना मैं, तो उत्थे तेरी इज्जत दा कड़ा बनजू। सारे पिंड दे लड्डू खा के ते कौड़ा जहर मेरे मुंह ते सुटना सी, फिर भी लड्डू सांभ के रखूंगा तेरे लिए, जदों जी करे ना मुंह मिठा करन लई दस दे। ओ जा जा रुड़ जा इत्थों बड्डा आया। आ गए स्वादियो स्वाद लैण, बैठो बैठो बैठो। ओए परा हटो। ਸਸਰੀਕਾਲ ਬਈ ਸਸਰੀਕਾਲ, ਬਹਿ ਜੋ ਕੇ ਨਾਲ ਨਾਲ ਪੰਚਾਇਤ ਬਈ ਰੌਣਕ ਲਿਆਏ ਕਰੋਨਾ ਬੋਤੀ ਹਾਏ ਹਾਏ। ਸਸਰੀਕਾਲ ਜੀ, ਸਸਰੀਕਾਲ ਜੀ। ਲੋ ਬਈ ਸੱਤ ਚ ਹੋ ਗਿਆ ਇਕੱਠ ਜੀ, ਤੇ ਜਾਵੇ ਨਾ ਕੋਈ ਨੱਠ ਜੀ, ਨਾਲ ਘੜੀ ਚ ਵੱਜ ਗਏ ਚਾਰ ਜੀ, ਤੇ ਸਾਂਝੇ ਕਰੋ ਵਿਚਾਰ ਜੀ। ਓ ਜਾ ਤੂੰ ਵਿਚਾਰ ਦਾ ਚਾਰ ਪਾਉਣਾ, ਉਹ ਸਰਪੰਚ ਦਾ ਹਜੇ ਤੱਕ ਆਇਆ ਨੀ। ਉਹ ਸਰਪੰਚ ਕਦੇ ਟੈਫੇ ਹੋਏ, ਉਹ ਤਾਂ ਪੰਚਾਇਤ ਮੁੱਕਣ ਦੇ ਪੈ ਰਹੇ ਹੁੰਦੇ। ਤੂੰ ਛੇਤੀ ਕਰੋ, ਮੈਂ ਹੋਰ ਕੰਮ ਹੀ ਕਰਨੇ ਜਾ ਕੇ। ਤੂੰ ਕਿਹੜਾ ਘਰੇ ਜਾ ਕੇ ਸਾਗ ਘੋਟਣਾ, ਰਨ ਨੀ ਤਾਂ ਕੁੱਟਣੀ ਹੈ। ਉਹ ਆਜੂਗਾ ਹੁਣੇ ਆਪਣੀ ਲੰਡੀ ਮੋਟਰਸਾਈਕਲ ਤੇ ਹਰਲ ਹਰਲ ਕਰਦਾ। ਉਹ ਭੰਡਾ ਚੱਕ ਚਮਕੀਲਾ ਸੱਚੀ। ਆਹੋ ਪੱਕੀ ਗੱਲ ਹੈ। ਆਹੋ ਲੈ ਫਿਰ ਜਾ ਹੁਣ, ਕਿਉਂ ਮੋਟਰਸਾਈਕਲ ਦੀ ਜਾਨ ਕੱਢਣੀ ਹੈ। ਨਹੀਂ ਜਾਣ ਦਿੰਦਾ, ਆ ਗਿਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਨਮਸਤੇ। ਆਪ ਮਾਫੀ ਚਾਹੁੰਦਾ ਭਰਾਓ, ਥੋੜੀ ਦੇਰ ਹੋ ਗਈ, ਮੇਰੇ ਨਾਲ ਦੀ ਨੇ ਤਿਆਰੀ ਕਰਨ ਚ ਦੇਰ ਲਾਤੀ ਥੋੜੀ ਜੀ। ਤਿਆਰ ਹੋਣ ਨੂੰ ਕਿਹੜਾ, ਉਹਨੇ ਮੁੰਡੇ ਦੇ ਰੋਕੇ ਤੇ ਜਾਣਾ ਸੀ। ਠੀਕ ਹੈ ਛੇਤੀ ਕਰੋ ਬਈ, ਕਾਰਵਾਈ ਸ਼ੁਰੂ ਕਰ। ਤੂੰ ਕੀ ਮੂੰਹ ਵੇਨਾ ਹੈ? ਲੋ ਜੀ, ਅੱਜ ਦੀ ਪਹਿਲੀ ਸ਼ਿਕਾਇਤ ਸੁੱਚਾ ਸਿੰਘ ਵੱਲੋਂ ਹੈ। ਹਾਂ ਵੀ ਸੁੱਚਿਆ, ਕੀ ਪਰੇਸ਼ਾਨੀ ਆ ਤੈਨੂੰ? ਜਨਾਬ ਪਰੇਸ਼ਾਨੀ ਇਹ ਆ ਵੀ ਜਦੋਂ ਵੀ ਮੇਰੀ ਮੁਰਗੀ ਆਂਡਾ ਦਿੰਦੀ ਆ, ਆ ਕਾਲਾ ਸਿੰਘ ਚੱਕ ਕੇ ਲੈ ਜਾਂਦਾ। ਇਹਨੂੰ ਸਮਝਾਓ, ਜੇ ਮੁਰਗੀ ਮੇਰੀ ਆ ਤੇ ਆਂਡੇ ਤੇ ਇਹਦਾ ਹੱਕ ਮੇਰਾ ਹੀ ਬਣਦਾ ਨਾ। ਐ ਕਿਵੇਂ ਤੇਰਾ ਹੱਕ ਬਣਦਾ? ਜਨਾਬ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਇਹਦੀ ਮੁਰਗੀ ਕੱਲੀ ਥੋੜੀ ਨਾ ਆਂਡੇ ਲਾ ਦਿੰਦੀ ਆ, ਮੇਰੇ ਮੁਰਗੇ ਨਾਲ ਮੇਲ ਮਿਲਾਪ ਹੁੰਦਾ ਫੇਰ ਹੀ ਤਾਂ ਆਂਡਾ ਲਾਉਂਦੀ ਆ। ਜਨਾਬ ਜਿਵੇਂ ਬੱਚੇ ਤੇ ਪਹਿਲਾ ਹੱਕ ਮਾਂ ਦਾ ਹੁੰਦਾ, ਉਵੇਂ ਆਂਡੇ ਤੇ ਵੀ ਤਾਂ ਹੱਕ ਮੁਰਗੀ ਮਾਲਕ ਦਾ ਹੀ ਹੋਇਆ ਨਾ। ਜਿਹੜਾ ਮੈਂ ਆਪਣੇ ਮੁਰਗੇ ਨੂੰ ਮੱਕੀ ਦੇ ਦਾਣੇ ਖਵਾ ਖਵਾ ਕੇ ਤਾੜਾ ਕੀਤਾ, ਉਹਦਾ ਖਰਚਾ ਤੇਰੀ ਮੁਰਗੀ ਮਾਂ ਦੇਊਗੀ? ਤੂੰ ਜਮਾ ਸੰਭਾਲ ਆਪਦੀਆਂ ਮੁਰਗੀਆਂ ਸੰਭਾਲ, ਜਿਹੜੀ ਕੁੜਕੁੜ ਮੇਰੇ ਮੁਰਗਿਆਂ ਤੇ ਡੋਰੇ ਪਾਉਂਦੀਆਂ ਬੇਸ਼ਰਮ। ਅੱਛਾ ਮੇਰੀ ਮੁਰਗੀ ਬੇਸ਼ਰਮ, ਤੇਰਾ ਮੁਰਗਾ ਤਾਂ ਬੈਗ ਚ ਮਨੇ ਚ ਲੱਗਿਆ ਨਾ। ਤੇਰੀ ਮੁਰਗੀ ਕਿਹੜਾ ਸਰਕਾਰੀ ਸਕੂਲ ਚ ਮਾਸਟਰ ਲੱਗੀ ਆ? ਬੰਦ ਕਰੋ ਅੰਡਾ ਅੰਡਾ, ਇਹ ਪੰਚਾਇਤ ਲੱਗੀ ਆ ਕਿ ਮੁਰਗੇ ਮੁਰਗੀਆਂ ਦੇ ਨੌਕਰੀ ਦੇ ਫਾਰਮ ਭਰੇ ਜਾ ਰਹੇ ਆ। ਸਰਪੰਚ ਸਾਹਿਬ ਤੁਸੀਂ ਫੈਸਲਾ ਸੁਣਾਓ। ਅੱਛਾ ਠੀਕ ਹੈ, ਟੱਕਿਆ ਰਿਹਾ ਤੂੰ ਸੁਣਾਉਂਦੇ ਆ। ਹਾਂ ਬਈ ਭਰਾਓ, ਪੰਚਾਇਤ ਫੈਸਲਾ ਸੁਣਾਉਣ ਲੱਗੀ ਆ ਕਿ ਇੱਕ ਜਨਾਨਾ ਜਾਤ ਹੋਣ ਦੇ ਨਾਤੇ ਇਸ ਮੁਰਗੀ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਆਪਣੀ ਹੱਦ ਲੰਘ ਕੇ ਬੇਗਾਨੇ ਮੁਰਗੇ ਦੇ ਨੇੜੇ ਜਾਵੇ ਤੇ ਮਾੜੇ ਕਰਮ ਕਮਾਵੇ। ਸੋ ਸਰਾਸਰ ਮੁਰਗੀ ਦੀ ਗਲਤੀ ਹੈ ਤੇ ਮੁਰਗਾ ਬਿਲਕੁਲ ਨਿਰਦੋਸ਼। ਸੋ ਸੁੱਚਾ ਸਿਆ, ਤੈਨੂੰ ਪੰਚਾਇਤ ਦਾ ਹੁਕਮ ਹੈ ਕਿ ਜਾਂ ਤਾਂ ਜਲਦੀ ਤੋਂ ਜਲਦੀ ਇਸ ਮੁਰਗੀ ਲਈ ਮੁਰਗੇ ਦਾ ਇੰਤਜ਼ਾਮ ਕਰ ਲਾ, ਤੇ ਜਾਂ ਫਿਰ ਸਾਰੇ ਪੰਚਾਂ ਨੂੰ ਆਪਣੇ ਘਰੇ ਰੋਟੀ ਤੇ ਬੁਲਾ ਕੇ ਇਸ ਮੁਰਗੀ ਵਾਲੇ ਮਾਮਲੇ ਨੂੰ ਤਮਾਮ ਕਰ। ਨਾ ਇਹ ਕਿਵੇਂ ਹੋ ਗਿਆ ਫੈਸਲਾ? ਮੁਰਗੀ ਵਿਚਾਰੀ ਆਪਣੀ ਇੱਜ਼ਤ ਤੋਂ ਵੀ ਜਾਵੇ, ਜਾਨ ਤੋਂ ਵੀ ਜਾਵੇ, ਤੇ ਮੁਰਗਾ ਨੱਚ ਨੱਚ ਭੰਗੜੇ ਪਾਵੇ? ਇਹ ਤਾਂ ਸਰਾਸਰ ਨਾ ਇਨਸਾਫੀ ਹੋਈ ਨਾ। ਚਾਰਦਾ ਭੈਣ, ਪਹਿਲਾਂ ਤੈਨੂੰ ਬੰਦਿਆਂ ਤੋਂ ਦਿੱਕਤ ਸੀ, ਹੁਣ ਤੈਨੂੰ ਮੁਰਗਿਆਂ ਤੋਂ ਦਿੱਕਤ ਹੋ ਗਈ ਹੈ। ਓ ਚੁੱਪ ਬਈ, ਚੁੱਪ ਚੁੱਪ, ਵੇਖ ਹੁਣ ਮੁਰਗੀ ਵਿਚਾਰੀ ਨੇ ਇੱਕ ਨਾ ਇੱਕ ਦਿਨ ਤਾਂ ਸ਼ਹੀਦ ਹੋਣਾ ਹੀ ਆ ਨਾ।